ਤੇਜ਼ ਰਫ਼ਤਾਰ ਕਾਰ ਪਹਿਲਾਂ ਵੱਜੀ ਖੰਭੇ 'ਚ, ਫਿਰ ਦੂਜੀ ਸਾਈਡ ਦੀ ਗੱਡੀ ਨਾਲ ਹੋ ਗਈ ਟੱਕਰ। ਇੱਕ ਸ਼ਖਸ ਦੀ ਮੌਕੇ 'ਤੇ ਹੀ ਹੋਈ ਮੌਤ। ਤਾਂ ਦੱਸਦੀਏ ਕਿ ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਪਹਿਲਾਂ ਸੰਤੁਲਨ ਖੋ ਦਿੰਦੀ ਹੈ ਅਤੇ ਸਾਹਮਣੇ ਜਾ ਕੇ ਖੰਭੇ ਦੇ ਵਿੱਚ ਵੱਜਦੀ ਹੈ, ਫਿਰ ਦੂਸਰੀ ਸਾਈਡ ਤੋਂ ਆ ਰਹੀ ਇੱਕ ਕਾਰ ਦੇ ਨਾਲ ਉਸਦੀ ਟੱਕਰ ਹੋ ਜਾਂਦੀ ਹੈ, ਜਿਸ ਦੇ ਵਿੱਚ ਕਈ ਲੋਕ ਮੌਕੇ 'ਤੇ ਜ਼ਖਮੀ ਹੋ ਜਾਂਦੇ ਨੇ ਅਤੇ ਇੱਕ ਕਾਰ ਚਾਲਕ ਦੀ ਵੀ ਮੌਤ ਹੋ ਜਾਂਦੀ ਹੈ। ਤਾਂ ਦੱਸਦੀ ਕਿ ਪੂਰਾ ਮਾਮਲਾ ਜੀਰਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਕਾਰ ਸਵਿਫਟ ਡਿਜ਼ਾਇਰ ਜੋ ਕਿ ਜੀਰਾ ਤੋਂ ਫਰੀਦਕੋਟ ਵੱਲ ਜਾ ਰਹੀ ਸੀ, ਤਾਂ ਤੇਜ਼ ਰਫ਼ਤਾਰ ਹੋਣ ਕਰਕੇ ਇਹ ਡਿਵਾਈਡਰ ਵਿੱਚ ਲੱਗੇ ਇੱਕ ਖੰਭੇ ਦੇ ਨਾਲ ਜਾ ਟਕਰਾਉਂਦੀ ਹੈ ਅਤੇ ਦੂਸਰੀ ਸਾਈਡ ਤੋਂ ਇੱਕ ਕਾਰ ਦੇ ਵਿੱਚ ਜਾ ਕੇ ਇਸ ਸਵਿਫਟ ਕਾਰ ਦੀ ਟੱਕਰ ਹੋ ਜਾਂਦੀ ਹੈ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਅਤੇ 3 ਜ਼ਖਮੀ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭੇਜਿਆ ਗਿਆ। ਤਾਂ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਨਜ਼ਦੀਕ ਫਰੀਦਕੋਟ ਰੋਡ ਦੇ ਉੱਤੇ ਇਹ ਭਿਆਨਕ ਐਕਸੀਡੈਂਟ ਹੋਇਆ ਅਤੇ ਇਸ ਐਕਸੀਡੈਂਟ ਦਾ ਕਾਰਨ ਤੇਜ਼ ਰਫ਼ਤਾਰ ਦੱਸਿਆ ਜਾ ਰਿਹਾ ਹੈ। ਹਾਦਸੇ ਦੇ ਦੌਰਾਨ ਕਾਰ ਸਵਿਫਟ ਡਿਜ਼ਾਇਰ ਜੋ ਜੀਰਾ ਤੋਂ ਫਰੀਦਕੋਟ ਵੱਲ ਜਾ ਰਹੀ ਸੀ, ਤੇਜ਼ ਰਫ਼ਤਾਰ ਹੋਣ ਕਾਰਨ ਡਿਵਾਈਡਰ ਵਿੱਚ ਲੱਗੇ ਇੱਕ ਖੰਭੇ ਦੇ ਵਿੱਚ ਵੱਜਦੀ ਹੈ ਅਤੇ ਦੂਸਰੀ ਸਾਈਡ ਇੱਕ ਕਾਰ ਵਿੱਚ ਜਾ ਵੱਜਦੀ ਹੈ, ਜਿਸ ਦੇ ਨਾਲ 2 ਵਿਅਕਤੀ ਗੰਭੀਰ ਜ਼ਖਮੀ ਹੁੰਦੇ ਨੇ ਅਤੇ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ ਅਤੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਜਾਂਦਾ ਹੈ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਬੋਟਾ ਸਿੰਘ ਜੀ, ਅਸੀਂ ਜੀ ਆਪਣੇ ਫਰੀਦਕੋਟ ਤੋਂ ਆ ਰਹੇ ਸੀਗੇ, ਜਾ ਰਹੇ ਇੱਧਰ ਧਰਮਕੋਟ ਨੂੰ ਜਾ ਰਹੇ ਸੀ। ਕੀ ਕਾਰਨ ਬਣਿਆ? ਕਾਰਨ ਇੱਧਰੋਂ ਆਈ ਪਤਾ ਨਹੀਂ ਲੱਗਾ ਸਾਨੂੰ, ਤਾਂ ਉੱਤੇ ਆਣ ਵੱਜੀ ਗੱਡੀ ਸਾਡੇ, ਤਾਂ ਇੱਧਰ ਆਉਂਦੇ ਸੀ ਤਾਂ ਆਪਣੇ ਫਰੀਦਕੋਟ ਵਾਲੇ ਪਾਸਿਓਂ। ਕਿੰਨੇ ਜਣੇ ਸੀ? 2 ਜਣੇ। ਇੱਕ ਸਵਿਫਟ ਗੱਡੀ ਜੀਰਾ ਤੋਂ ਤਲਵੰਡੀ ਰੋਡ 'ਤੇ ਜਾ ਰਹੀ ਸੀ, ਮੇਨ ਹਾਈਵੇ 'ਤੇ, ਇਹ ਆਪਣੇ ਰਿਲਾਇੰਸ ਪੈਟਰੋਲ ਪੰਪ ਦੇ ਨਜ਼ਦੀਕ ਓਵਰ ਸਪੀਡ ਸੀਗੀ। ਓਵਰ ਸਪੀਡ ਕਰਕੇ ਗੱਡੀ ਜਿਹੜੀ ਹੈਗੀ ਡਿਵਾਈਡਰ 'ਤੇ ਚੜ੍ਹ ਕੇ ਅਤੇ ਦੂਸਰੇ ਪਾਸੇ ਜਾ ਕੇ ਹੋਰ ਗੱਡੀ ਨੂੰ ਵੱਜੀ ਗਈ ਅਤੇ ਕਾਫੀ ਆਪਣੇ ਲੁੱਟਣੀਆਂ ਖਾ ਗਈ, ਜਿਸ ਕਰਕੇ ਇੱਕ ਬੰਦੇ ਦੀ ਮੌਤ ਹੋ ਗਈ। 3 ਬੰਦੇ ਜ਼ਖਮੀ ਨੇ, ਜਿਨ੍ਹਾਂ ਨੂੰ ਸਿਵਲ ਹੋਸਪਿਟਲ ਭੇਜਿਆ ਸੀਗਾ, ਲੇਕਿਨ ਉੱਥੇ ਨਹੀਂ ਗਏ, ਉਹ ਸੁਖਮਨੀ ਹੋਸਪਿਟਲ ਚਲੇ ਗਏ, ਉੱਥੇ ਪਤਾ ਕਰ ਰਹੇ ਉਹਨਾਂ ਦਾ ਵੈਰੀਫਾਈ। ਤੇਜ਼ ਰਫ਼ਤਾਰ ਕਾਰ ਪਹਿਲਾਂ ਵੱਜੀ ਖੰਭੇ 'ਚ, ਫਿਰ ਦੂਜੀ ਸਾਈਡ ਦੀ ਗੱਡੀ ਨਾਲ ਹੋ ਗਈ ਟੱਕਰ। ਇੱਕ ਸ਼ਖਸ ਦੀ ਮੌਕੇ 'ਤੇ ਹੀ ਹੋਈ ਮੌਤ। ਤਾਂ ਦੱਸਦੀਏ ਕਿ ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਪਹਿਲਾਂ ਸੰਤੁਲਨ ਖੋ ਦਿੰਦੀ ਹੈ ਅਤੇ ਸਾਹਮਣੇ ਜਾ ਕੇ ਖੰਭੇ ਦੇ ਵਿੱਚ ਵੱਜਦੀ ਹੈ, ਫਿਰ ਦੂਸਰੀ ਸਾਈਡ ਤੋਂ ਆ ਰਹੀ ਇੱਕ ਕਾਰ ਦੇ ਨਾਲ ਉਸਦੀ ਟੱਕਰ ਹੋ ਜਾਂਦੀ ਹੈ, ਜਿਸ ਦੇ ਵਿੱਚ ਕਈ ਲੋਕ ਮੌਕੇ 'ਤੇ ਜ਼ਖਮੀ ਹੋ ਜਾਂਦੇ ਨੇ ਅਤੇ ਇੱਕ ਕਾਰ ਚਾਲਕ ਦੀ ਵੀ ਮੌਤ ਹੋ ਜਾਂਦੀ ਹੈ। ਤਾਂ ਦੱਸਦੀ ਕਿ ਪੂਰਾ ਮਾਮਲਾ ਜੀਰਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਕਾਰ ਸਵਿਫਟ ਡਿਜ਼ਾਇਰ ਜੋ ਕਿ ਜੀਰਾ ਤੋਂ ਫਰੀਦਕੋਟ ਵੱਲ ਜਾ ਰਹੀ ਸੀ, ਤਾਂ ਤੇਜ਼ ਰਫ਼ਤਾਰ ਹੋਣ ਕਰਕੇ ਇਹ ਡਿਵਾਈਡਰ ਵਿੱਚ ਲੱਗੇ ਇੱਕ ਖੰਭੇ ਦੇ ਨਾਲ ਜਾ ਟਕਰਾਉਂਦੀ ਹੈ ਅਤੇ ਦੂਸਰੀ ਸਾਈਡ ਤੋਂ ਇੱਕ ਕਾਰ ਦੇ ਵਿੱਚ ਜਾ ਕੇ ਇਸ ਸਵਿਫਟ ਕਾਰ ਦੀ ਟੱਕਰ ਹੋ ਜਾਂਦੀ ਹੈ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਅਤੇ 3 ਜ਼ਖਮੀ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭੇਜਿਆ ਗਿਆ। ਤਾਂ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਨਜ਼ਦੀਕ ਫਰੀਦਕੋਟ ਰੋਡ ਦੇ ਉੱਤੇ ਇਹ ਭਿਆਨਕ ਐਕਸੀਡੈਂਟ ਹੋਇਆ ਅਤੇ ਇਸ ਐਕਸੀਡੈਂਟ ਦਾ ਕਾਰਨ ਤੇਜ਼ ਰਫ਼ਤਾਰ ਦੱਸਿਆ ਜਾ ਰਿਹਾ ਹੈ। ਹਾਦਸੇ ਦੇ ਦੌਰਾਨ ਕਾਰ ਸਵਿਫਟ ਡਿਜ਼ਾਇਰ ਜੋ ਜੀਰਾ ਤੋਂ ਫਰੀਦਕੋਟ ਵੱਲ ਜਾ ਰਹੀ ਸੀ, ਤੇਜ਼ ਰਫ਼ਤਾਰ ਹੋਣ ਕਾਰਨ ਡਿਵਾਈਡਰ ਵਿੱਚ ਲੱਗੇ ਇੱਕ ਖੰਭੇ ਦੇ ਵਿੱਚ ਵੱਜਦੀ ਹੈ ਅਤੇ ਦੂਸਰੀ ਸਾਈਡ ਇੱਕ ਕਾਰ ਵਿੱਚ ਜਾ ਵੱਜਦੀ ਹੈ, ਜਿਸ ਦੇ ਨਾਲ 2 ਵਿਅਕਤੀ ਗੰਭੀਰ ਜ਼ਖਮੀ ਹੁੰਦੇ ਨੇ ਅਤੇ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ ਅਤੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਜਾਂਦਾ ਹੈ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ।